ਗੱਲ ਸਮਝਣ ਵਾਸਤੇ ਸਾਨੂੰ অতি ਜ਼ਰੂਰੀ ਹੈ ਪਿਆਰਿਓ ਕਿ ਅਸੀਂ ਸਮਝ ਸਕੀਏ ਕਿ ਹੁਣ ਜਿਹੜਾ ਤੀਜਾ ਤਰੀਕਾ ਹੈ ਇਹ ਵੀ ਰੱਬ ਜੀ ਨੂੰ ਵਿਚਾਰਨ ਸਮਝਣ ਅਤੇ ਰੱਬ ਜੀ ਦੇ ਗਿਆਨ ਲਈ ਜ਼ਰੂਰੀ ਨਹੀਂ ਹੈ ਇਸ ਦੀ ਲੋੜ ਨਹੀਂ ਹੈ ਕਿਹੜਾ ਹੈ ਭੁੱਖਿਆਂ ਭੁੱਖਣਾ ਉੱਤਰ ਨਹੀਂ ਨਾ ਹੀ ਭੁੱਖਿਆ ਰਹਿ ਕੇ ਭੁੱਖ ਉਹਦੀ ਜਿਹੜੀ ਹੈ ਤ੍ਰਿਪਤੀ ਹੋ ਜਾਏਗੀ ਮਨ ਦੀ ਤ੍ਰਿਪਤੀ ਹੋ ਜਾਏਗੀ ਨਾ ਹੀ ਬਹੁਤਾ ਖਜ਼ਾਨਾ ਇਕੱਠਾ ਕਰਕੇ ਮਨ ਦੀ ਤ੍ਰਿਪਤੀ ਹੋ ਜਾਏਗੀ ਸਤਿਗੁਰੂ ਪਿਤਾ ਕਹਿੰਦੇ ਨੇ ਭੋਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਾਰ ਬੰਨਾ ਪੁਰੀਆਂ ਮਕਾਨਾਂ ਦੇ ਮਕਾਨ ਬਨ ਬਨ ਕੇ ਧਨ ਇਕੱਠਾ ਕਰ ਲਈਏ ਅਨਾਜ ਇਕੱਠਾ ਕਰ ਲਈਏ ਵਸਤੂਆਂ ਇਕੱਠੀਆਂ ਕਰ ਲਈਏ ਇਹਨਾਂ ਦੇ ਨਾਲ ਮਨ ਦੀ ਤ੍ਰਿਪਤੀ ਨਹੀਂ ਹੋਏਗੀ ਇਹਦੇ ਨਾਲ ਸੁਚਾਰਾ ਨਹੀਂ ਹੋਏਗਾ ਨਾ ਵਰਤ ਰੱਖ ਕੇ ਸਤਗੁਰੂ ਪਿਤਾ ਕਹਿੰਦੇ ਨੇ ਕਿ ਮੈਂ ਨਾ ਵਰਤ ਰਖਾਂ ਨਾ ਮੈਂ ਰਮਜ਼ਾਨ ਰਖਾਂ ਲੋਕ ਰਮਜ਼ਾਨ ਰੱਖ ਰਹੇ ਸਨ ਕੋ ਲੋਕ ਵਰਤ ਰੱਖ ਰਹੇ ਸਨ ਹਰ ਇੱਕ ਵਿਚਾਰ ਧਾਰਾ ਆਪਣੀ ਜਗ੍ਹਾ ਕੋਈ ਸਥਾਨ ਰੱਖਦੀ ਹੋएगी ਉਹਨਾਂ ਦੀ ਵਿਚਾਰ ਧਾਰਾ ਉਹਨਾਂ ਦਾ ਤਰੀਕਾ ਆਪਣੇ ਤਰੀਕੇ ਦਾ ਹੋ ਸਕਦਾ ਹੈ ਲੇਕਿਨ ਗੁਰਮਤਿ ਦੀ ਵਿਚਾਰ ਧਾਰਾ ਵਿੱਚ ਨਾ ਰਮਜ਼ਾਨ ਨੂੰ ਸਥਾਨ ਹੈ ਨਾ ਵਰਤਾ ਨੂੰ ਸਥਾਨ ਹੈ ਸਤਗੁਰੂ ਜੀ ਕਹਿੰਦੇ ਨੇ ਨਾ ਆਨ ਨਾ ਖਾਏਂ ਦੇਹੀ ਦੁਖ ਦੀਜੇ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੇ ਮਨ ਲਈ ਗੁਰੂ ਦਾ ਗਿਆਨ ਹੀ অতি ਜ਼ਰੂਰੀ ਹੈ ਜੀਵਨ ਦੀ ਜਾਂਚ ਨੂੰ ਸਚਿਆਰ ਕਰਨ ਲਈ ਗੁਰੂ ਦੇ ਗਿਆਨ ਦੀ ਲੋੜ ਹੈ। ਭਤ ਗੁਰੂ ਜੀ ਨੇ ਬਾਣੀ ਆਸਾ ਕੀ ਵਾਰ ਦੀ ਬਾਣੀ ਜਿਹੜੀ ਨਿਤਾ ਪ੍ਰਤੀ ਗੁਰਦੁਆਰੇ ਚ ਪੜੀ ਜਾਂਦੀ ਹੈ ਜਿਹੜੀ ਗੁਰਦੁਆਰੇ ਸੰਗਤੀ ਨਿਤਨੇਮ ਹੈ। ਸੰਗਤੀ ਨਿਤਨੇਮ ਉਸ ਦੇ ਸਤਿਗੁਰ ਪਿਤਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੌਰ ਨਾਲ ਹਜ਼ਾਰਾਂ ਕਰੋੜਾਂ ਅਰਬਾਂ ਖਰਬਾਂ ਸੂਰਜ ਹੋ ਜਾਣ ਤਾਂ ਵੀ ਮਨ ਦਾ ਅੰਧੇਰਾ ਨਹੀਂ ਦੂਰ ਹੋ ਸਕਦਾ ਹੁਣ ਇਸ ਚੀਜ਼ ਨੂੰ ਤੇ ਸਮਝਣਾ ਹੀ ਪਏਗਾ ਵਿਚਾਰਨਾ ਹੀ ਪਏਗਾ ਭੁੱਖ ਵੀ ਨਹੀਂ ਉਤਰ ਸਕਦੀ ਨਾ ਬਹੁਤਾ ਧਨ ਇਕੱਠਾ ਕਰਕੇ ਬਹੁਤੇ ਖਜ਼ਾਨੇ ਇਕੱਠੇ ਕਰਕੇ ਬਹੁਤਾ ਅੰਨ ਇਕੱਠਾ ਕਰਕੇ ਨਾ ਹੀ ਭੁੱਖਿਆ ਰਹਿ ਕੇ ਅੱਗੇ ਸਤਿਗੁਰ ਪਿਤਾ ਨੇ ਹੋਰ ਹੀ ਕਮਾਲ ਕੀਤੀ ਹੈ ਕਹਿੰਦੇ ਨੇ ਸਹਸ ਸਿਆਣਪਾਂ ਲੱਖੋਂ ਹੈ ਪਾਂ ਇੱਕ ਨਾ ਚੱਲੇ ਨਾਲ ਇੱਕ ਵੀ ਤੇਰੇ ਨਾਲ ਨਹੀਂ ਚਲੇਗੀ ਜਿੰਨਾ ਮਰਜੀ ਚਤੂਰ ਹੋ ਜਾ ਸਤਿਗੁਰੂ ਜੀ ਗੁਰਗ੍ਰੰਥ ਸਾਹਿਬ ਜੀ ਕਹਿੰਦੇ ਨੇ ਲੋਕ ਪਤੀ ਨੇ ਕਛੂ ਨਾ ਹੋਏ ਨਾਹੀਂ ਰਾਮੇ ਆਣਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮੇਰੇ ਪ੍ਰੀਤਮ ਨੇ ਸੱਜਣ ਨੂੰ ਵੀ ਇਹੀ ਸਮਝਾਇਆ ਚਾکریاں ਚੰਗੀਆਂ ਆਈਆਂ ਅਵਰ ਸਿਆਣਪ ਕਿ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿਤ ਚਤਰਚੁਲਾਕ ਹੋ ਕੇ ਵੀ ਰਬ ਜੀ ਨੂੰ ਨਹੀਂ ਪਾਇਆ ਜਾ ਸਕਦਾ ਦੁਨੀਆ ਨੂੰ ਠਗਿਆ ਜਾ ਸਕਦਾ ਰਬ ਜੀ ਦੇ ਨਾਂ ਤੇ ਧਰਮ ਦੇ ਨਾਤੇ ਦੁਨੀਆ ਨੂੰ ਬੇਫਕੂ ਬਣਾਇਆ ਜਾ ਸਕਦਾ ਹੈ ਲੋਕਾਂ ਨੂੰ ਬੇਫਕੂ ਬਣਾਇਆ ਜਾ ਸਕਦਾ ਲੋਕ ਪਤੀਨੇ ਕਛੂ ਨਾ ਹੋਵੇ ਨਹੀਂ ਰਾਮੇਣ ਅਬੋਧ ਬਾਲਕ ਨਹੀਂ ਹੈ ਬੱਚਾ ਬੱਚਾ ਨਹੀਂ ਹੈ ਉਹਨੂੰ ਚੁੰਚੁਨਾ ਦੇ ਕੇ ਕੋਈ ਖਡੋਣਾ ਦੇ ਕੇ ਅਸੀਂ ਭੁਲਾ ਲਵਾਂਗੇ ਐਸਾ ਨਹੀਂ ਹੈ ਪਿਆਰਿਓ ਅਸੀਂ ਬੜੇ ਹੀ ਸੰਜਮ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀ ਕਿ ਚਲਾਕੀਆਂ ਚਤਰਾਈਆਂ ਦੇ ਨਾਲ ਵੀ ਰੱਬ ਜੀ ਧਰਮ ਦਾ ਮਾਰਗ ਨਹੀਂ ਬ੍ਰह्म ਗਿਆਨ ਨਹੀਂ ਮਿਲ ਸਕਦਾ ਸਚਿਆਰੇ ਨਹੀਂ ਹੋ ਸਕਦੇ ਬ੍ਰह्म ਗਿਆਨ ਦਾ ਮਤਲਬ ਹੈ ਸਚਿਆਰ ਹੋਣਾ ਤੇ ਸਤਗੁਰੂ ਜੀ ਕਿਸ ਤਰ੍ਹਾਂ ਕਰੀਏ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਸਵਾਰਨਾ ਹੈ ਆਪ ਜੀ ਨੇ ਸਤਗੁਰੂ ਜੀ ਇਸ ਨੂੰ ਸਵਾਲ ਨੂੰ ਰੱਖਦੇ ਨੇ ਇਹੀ ਸਵਾਲ ਮੈਂ ਤੇ ਇਹ ਸਮਝਦਾ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦਾ ਜਵਾਬ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪੜ੍ਹੀਏ ਤਾਂ ਹੀ ਇਹਦਾ ਜਵਾਬ ਮਿਲੇਗਾ ਤਾਂ ਹੀ ਮਨੁੱਖ ਨੂੰ ਸਮਝ ਆਏਗੀ ਔਰ ਬਾਰ ਬਾਰ ਅਰਥਾਂ ਦੇ ਨਾਲ ਸਹਿਜ ਪਾਠ ਕਰੀਏ ਸਤਿਗੁਰ ਜੀ ਕਹਿ ਰਹੇ ਨੇ ਕਿ ਵਸ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਜਵਾਬ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਕਿਸਤਾ ਰਜ਼ਾਈ ਜਿਸ ਨੇ ਇਹ ਸ੍ਰਿਸ਼ਟੀ ਬਣਾਈ ਹੈ ਜਿਸ ਦੀ ਰਜ਼ਾ ਉਹ ਹੁਕਮ ਹੈ ਉਹ ਮਾਲਕ ਦਾ ਹੁਕਮ ਹੀ ਚਲੇਗਾ ਸਾਡਾ ਕਿਸੇ ਹੋਰ ਦਾ ਨਹੀਂ ਚਲੇਗਾ ਸਾਡੀ ਕਿਸੇ ਗੱਲ ਦੀ ਉੱਥੇ ਕੋਈ ਸੁਣਵਾਈ ਨਹੀਂ ਸਾਨੂੰ ਤੇ ਉਸ ਤੇ ਹੁਕਮ ਵਿੱਚ ਭਾਵੇਂ ਸੂਰਜ ਹੈ ਚੰਦਰਮਾ ਹੈ ਸਭ ਕੁਝ ਅਗਲੀ ਪੌੜੀ 'ਚ ਬਿਆਨ ਕੀਤਾ ਹੈ ਹੁਣ ਇਸ ਪੌੜੀ ਨੂੰ ਸਮਝਣਾ ਅਤੀ ਜ਼ਰੂਰੀ ਹੈ ਔਰ ਇਥੋਂ ਅਗਲੀ ਪੌੜੀ ਉਸ ਹੁਕਮ ਦੇ ਬਾਰੇ ਬਿਆਨ ਕਰਦੀ ਹੈ ਕਿ ਹੁਕਮ ਹੈ ਕਿ ਅਸੀਂ ਤੇ ਹੁਕਮ ਇਹ ਸਮਝਿਆ ਕਿ ਗੁਰੂ ਨਾਨਕ ਪਿਤਾ ਜੀ ਸਾਡੇ ਘਰ ਆਣਗੇ ਸਾਨੂੰ ਮੰਝੇ ਤੇ ਉਠਾ ਕੇ ਗੁਰਦੁਆਰੇ ਲੈ ਕੇ ਜਾਣਗੇ ਸਾਨੂੰ ਹੁਕਮ ਹੀ ਨਹੀਂ ਜੀ ਗੁਰਦੁਆਰੇ ਜਾਣ ਦਾ ਜਦੋਂ ਹੁਕਮ ਹੋਏਗਾ ਗੁਰਦੁਆਰੇ ਚਲਾ ਜਾਾਂਗੇ ਜਦ ਹੁਕਮ ਹੋਏਗਾ ਅੰਮ੍ਰਿਤ ਛਕ ਲਾਂਗੇ ਜਦ ਹੁਕਮ ਹੋਏਗਾ ਅਸੀਂ ਚੰਗੇ ਬਣ ਜਾਾਂਗੇ ਅਸੀਂ ਕ੍ਰੋਧ ਛੱਡਦੇ ਆਂਗੇ ਹੁਕਮ ਹੋਏਗਾ ਨਹੀਂ ਭਾਈ ਨਹੀਂ ਸੂਰਜ ਨੂੰ ਕੋਈ ਨਹੀਂ ਕਹਿੰਦਾ ਕਿ ਤੂੰ ਉਗਣਾ ਹੈ ਤੂੰ ਰੋਸ਼ਨੀ ਦੇਣੀ ਹੈ ਜਲ ਨੂੰ ਕੋਈ ਨਹੀਂ ਕਹਿੰਦਾ ਤੂੰ ਪਿਆਸ ਬੁਝਾਣੀ ਹੈ ਤੇ ਫਿਰ ਮਨੁੱਖ ਨੂੰ ਕਿਉਂ ਮਨੁੱਖ ਕਿਉਂ ਨਹੀਂ ਸਮਝ ਰਿਹਾ ਕਿਉਂਕਿ ਉਸ ਦਾ ਮਨ ਕੜਿਆ ਨਹੀਂ ਸ਼ਬਦ ਦੇ ਵਿੱਚ ਜਦ ਸ਼ਬਦ ਵਿੱਚ ਮਨ ਕੜ ਜਾਏਗਾ ਤੇ ਉਹ ਸੱਚੀ ਤਕਸਾਲ ਤੋਂ ਤਿਆਰ ਹੋਏਗਾ ਇਸ ਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਬڑے ਸੰਜਮ ਸੰਤੋਖ ਦੇ ਨਾਲ ਬਾਣੀ ਨੂੰ ਸਹਿਜ ਅਵਸਥਾ ਨਾਲ ਪੜ ਕੇ ਵਿਚਾਰ ਕੇ ਅਸੀਂ ਆਪਣਾ ਜੀਵਨ ਦੀ ਤਿਆਰੀ ਕਰੀਏ ਜੀਣ ਦੀ ਥਾਰਾ ਜੀਵਨ ਮੁੱਕ ਜਾਏ ਔਰ ਅਸੀਂ ਅਸੀਂ ਕਹੀਏ ਕਿ ਨਹੀਂ ਜੀ ਅਜੇ ਤੇ ਹੋਇਆ ਨਹੀਂ ਅਜੇ ਹੁਕਮ ਨਹੀਂ ਆਇਆ ਤੇ ਇਹ ਮਨੁੱਖਾ ਦੇਵੀ ਤੋਂ ਬਾਅਦ ਕੋਈ ਮੌਕਾ ਨਹੀਂ ਮਿਲ ਸਕਦਾ ਕਿਸੇ ਨੂੰ ਨਹੀਂ ਪਤਾ ਕਿ ਮੁੜ ਕੇ ਇਹ ਮਨੁੱਖਾ ਦੇਵੀ ਮਿਲੇਗੀ ਕਿ ਨਹੀਂ ਮਿਲੇਗੀ ਕਿਸੇ ਨੂੰ ਇਹ ਨਹੀਂ ਪਤਾ ਕਿ ਅਗਲੀ ਜੋਨੀ ਚ ਅਸੀਂ ਕਿੱਥੇ ਜਾਵਾਂਗੇ ਨਾ ਹੀ ਕਿਸੇ ਨੂੰ ਪਤਾ ਕਿ ਅਸੀਂ ਪਿਛਲੀ ਜੋਨੀ ਚੋਂ ਕਿੱਥੋਂ ਆਏ ਹਾਂ ਇਸ ਚੀਜ਼ ਨੂੰ ਸਮਝਣਾ ਹੈ ਤੇ ਉਹਦੇ ਲਈ ਦੂਸਰੀ ਪੌੜੀ ਜਿਹੜੀ ਗੱਲ ਸਮਝਾ ਰਹੀ ਹੈ ਕਿ ਹੁਕਮ ਕੀ ਹੈ ਆਉ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕੀ ਹੁਕਮ ਕੀ ਹੈ ਧਤਗੁਰ ਪਾਤਸ਼ਾਹ ਇਸ ਹੁਕਮ ਦਾ ਬਿਆਨ ਕਰਦੇ ਨੇ ਹੁਕਮੀ ਹੋਵਨ ਆਕਾਰ ਜਿਨ ਨੇ ਆਕਾਰ ਜਿਤਨੀਆਂ ਸ਼ਕਲਾਂ ਜਿੰਨੇ ਵੀ ਧਰਤੀਆਂ ਜਿੰਨਾ ਵੀ ਬ੍ਰਹਮੰਡ ਸਾਰਾ ਹੀ ਆਕਾਰਸ਼ਕ ਦਿਖਣ ਵਾਲੀ ਚੀਜ਼ਾਂ ਇਹ ਉਹਦੇ ਹੁਕਮ ਦੇ ਨਾਲ ਪੈਦਾ ਹੋਇਆ ਨੇ ਹੋਵਨ ਮਤਲਬ ਹੋਇਆ ਨੇ ਉਹਦੇ ਹੁਕਮ ਨਾਲ ਹੁਕਮ ਨਾ ਕਿਹਾ ਜਾਈ ਇਸ ਹੁਕਮ ਨੂੰ ਕੋਈ ਜਾਣਦਾ ਨਹੀਂ ਕਿਸ ਤਰ੍ਹਾਂ ਇਹ ਹੁਕਮ ਹੋ ਗਿਆ ਇਹ ਰੱਬ ਜੀ ਜਾਣਦੇ ਨੇ ਰੱਬ ਜੀ ਤੂੰ ਬਿਨਾ ਕੋਈ ਨਹੀਂ ਜਾਣ ਸਕਦਾ ਕਿ ਇਹ ਹੁਕਮ ਕਦ ਕਿਸ ਟਾਈਮ ਤੇ ਕਿਸ ਤਰ੍ਹਾਂ ਹੋਇਆ ਇਸ ਸਵਾਲ ਦੀ ਉਲਜਨ ਵਿੱਚ ਸੰਸਾਰ ਦੇ ਬੁਨੇਕੋ ਵਿਦਵਾਨ ਫਸ ਕੇ ਤੁਰ ਗਏ ਖਤਮ ਹੋ ਗਏ ਨਾ ਰੱਬ ਜੀ ਦਾ ਉਰਲਾ ਬਨਾ ਨਾ ਪਰਲਾ ਬਨਾ ਕਿਸੇ ਨੂੰ ਨਹੀਂ ਲੱਭਿਆ ਅਜੇ ਧਰਤੀ ਦਾ ਹੀ ਗਿਆਨ ਨਹੀਂ ਪੂਰਾ ਕਿਸੇ ਨੂੰ ਧਰਤੀ ਦੀਆਂ अनेका ਖੋਜਾਂ ਹੋ ਰਹੀਆਂ ਨੇ ਕੈਮੀਕਲ ਦੀਆਂ अनेका ਖੋਜਾਂ ਆ ਰਹੀਆਂ ਨੇ ਮਨੁੱਖ ਦੇ ਸਰੀਰ ਦੀਆਂ अनेका ਖੋਜਾਂ ਹੋ ਰਹੀਆਂ ਨੇ ਮੈਡੀਕਲ ਸਾਇੰਸ ਹੀ ਅਜੇ ਖੋਜਾਂ ਵਿੱਚ ਲੱਗਿਆ ਪੂਰਨ ਤੌਰ ਤੇ ਮਨੁੱਖ ਦੇ ਸਰੀਰ ਦਾ ਹੀ ਅਜੇ ਤੱਕ ਮੈਡੀਕਲ ਨੂੰ ਪੂਰਾ ਨਹੀਂ ਪਤਾ ਲੱਗਾ ਇੱਕ ਖੋਜ ਦੇ ਨੇ ਦੂਸਰੀ ਬਿਮਾਰੀ ਖੜੀ ਹੋ ਜਾਂਦੀ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੁਕਮ ਨਾ ਕਿਹਾ ਜਾਈ ਉਹਦਾ ਹੁਕਮ ਕੋਈ ਬਿਆਨ ਨਹੀਂ ਕਰ ਸਕਦਾ